ਗੈਸ ਕੈਨ ਦਾ ਜਿਹੜਾ ਸੀਗਾ ਇੱਕ ਕੋਈ ਮਨ ਦੇ ਵਿੱਚ ਜਿਵੇਂ ਹੁਣ ਆਸੂ ਗੈਸ ਦੇ ਗੋਲੇ ਸਿੱਟੀ ਜਾਂਦੇ ਨੇ, ਨਹੀਂ ਵੀਰੇ ਜਾਨ ਚਲੇ ਜਾਵੇ ਪਰ ਕੰਮ ਪੂਰਾ ਕਰਕੇ ਛੱਡਣਾ, ਕੋਈ ਚੱਕਰ ਨਹੀਂ ਆ। ਜੇ ਮੰਨ ਲਓ ਘਰੇ ਕੀ ਕਹਿ ਕੇ ਆਏ ਹੋ ਤੁਸੀਂ? ਘਰੇ ਮਰਨੇ ਵਾਸਤੇ ਕਹਿ ਕੇ ਆਏ ਆ ਵੀ ਤਿਆਰ ਆ ਅਸੀਂ, ਕੋਈ ਦਿੱਕਤ ਨਹੀਂ ਆ ਸਾਨੂੰ, ਕੋਈ ਦਿੱਕਤ ਨਹੀਂ ਨਾ, ਕੋਈ ਦਿੱਕਤ ਨਹੀਂ ਬਾਪੂ। ਆ ਜਿਹੜਾ ਹੁਣ ਤੁਹਾਡੇ ਤੇ ਵਿਚਾਰ ਕੀਤੀ ਜਾ ਰਹੀ ਹੈ ਇਹਦਾ ਹੌਸਲਾ ਘਟਦਾ? ਨਹੀਂ ਨਹੀਂ ਹੌਸਲਾ ਨਹੀਂ ਘਟਦਾ। ਜੇ ਮੰਨ ਲਾ ਇਹਨਾਂ ਨੇ 50-60 ਹੋਰ ਸਿੱਟ ਤੇ ਫੇਰ? ਓ ਯਾਰ ਜਿੰਨੇ ਮਰਜ਼ੀ ਚਾਹ 4 ਦਿਨ ਛੱਡੀ ਜਾ, ਕੋਈ ਚੱਕਰ ਨਹੀਂ। ਦੋਸਤੋ ਇਸ ਟਾਈਮ ਨਾ ਮੈਂ ਸ਼ੰਭੂ ਬੈਰੀਅਰ ਜਿਹੜੇ ਕਹਿੰਦੇ ਸ਼ੰਭੂ ਬਾਰਡਰ ਉੱਥੇ ਖੜਾ ਆ। ਤੁਸੀਂ ਆਹ ਵੇਖੋ ਸਾਹਮਣੇ ਨਾ ਟੀਅਰ ਗੈਸ ਕੈਨ ਜਿਹੜੀ ਆ ਬਿਲਕੁਲ ਲਗਾਤਾਰ ਸਿੱਟੀ ਜਾ ਰਹੀ ਆ ਆਲੇ ਦੁਆਲੇ। ਪਹਿਲਾਂ ਮੈਂ ਪਿੱਛੇ ਮੈਂ ਆਪਣੇ ਸਾਥੀ ਨੂੰ ਕਹੂੰਗਾ ਤੁਸੀਂ ਦਿਖਾਓ ਤਸਵੀਰਾਂ। ਤੁਸੀਂ ਇਹ ਵੇਖ ਸਕਦੇ ਹੋ ਕਿ ਇਹ ਸ਼ੰਭੂ ਬੈਰੀਅਰ ਸ਼ੰਭੂ ਬਾਰਡਰ ਕਹਿ ਦਿੰਦੇ ਨੇ ਇਹਨੂੰ। ਉਸ ਬਾਰਡਰ 'ਤੇ ਅਸੀਂ ਖੜੇ ਹਾਂ ਵੀ ਜਿਹੜਾ ਹੱਦ ਪੈਂਦਾ ਆ ਇਹ ਪੰਜਾਬ ਦੀ ਅਤੇ ਸਟਾਰਟਿੰਗ ਹੁੰਦੀ ਆ ਹਰਿਆਣੇ ਦੀ। ਅਤੇ ਇੱਥੇ ਤਸਵੀਰਾਂ ਤੁਸੀਂ 2-4 ਦਿਨਾਂ ਦੀ ਦੇਖ ਸਕਦੇ ਸੀਗੇ ਵੀ ਲਗਾਤਾਰ ਆ ਰਹੀਆਂ ਨੇ ਕਿ ਜਿਹੜਾ ਆ ਇੰਤਜ਼ਾਮ ਇਹਨਾਂ ਨੇ ਸਰਕਾਰ ਨੇ ਜਿਹੜਾ ਸੀਗਾ ਮੋਦੀ ਸਰਕਾਰ ਨੇ ਕਿ ਐਸੇ ਤਰੀਕੇ ਨਾਲ ਕੀਤਾ ਹੋਇਆ ਸੀਗਾ ਕਿ ਬੈਰੀਗੇਟਾਂ ਦੇ ਵਿੱਚ ਜਿਹੜਾ ਸਮੈਂਟ ਬਜਰੀ ਹਰ ਇੱਕ ਚੀਜ਼ ਭਰ ਦਿੱਤੀ ਗਈ ਸੀ। ਇਸ ਟਾਈਮ ਅਸੀਂ ਜਿਹੜੀ ਸਾਡੀ ਟੀਮ ਖੜੀ ਹੈ ਉਹ ਪੁਲ ਦੇ ਬਿਲਕੁਲ ਥੱਲੇ ਜਿਹੜੀ ਖੜੀ ਹੈ। ਅਤੇ ਤਸਵੀਰਾਂ ਦੇਖੋ ਤੁਸੀਂ ਬਾਈ ਹੁਣੀ ਨਾ ਪਿਛਲੀ ਵਾਰ ਕੀ ਸੀਗਾ ਜਿਹੜਾ ਪਿਛਲੀ ਵਾਰ ਕਿਸਾਨੀ ਧਰਨਾ ਹੋਇਆ ਸੀ ਉਹਦੇ ਵਿੱਚ ਟੀਅਰ ਗੈਸ ਕਹਿਣ ਦਾ ਕੋਈ ਸਾਨੂੰ ਸੋਲਿਊਸ਼ਨ ਨਹੀਂ ਸੀਗਾ ਵੀ ਕਿਸ ਤਰੀਕੇ ਨਾਲ ਇਸ ਤੋਂ ਨਿਬੜਨਾ ਆ ਨਜਿੱਠਣਾ ਆ। ਪਰ ਐਤਕੀ ਇਹਨਾਂ ਨੇ ਤਿਆਰੀ ਪੂਰੀ ਕੀਤੀ ਆ। ਤੁਸੀਂ ਦੇਖੋ ਲਗਾਤਾਰ ਜਿਹੜੇ ਨੇ ਟੀਅਰ ਗੈਸ ਕਹਿਣ ਦੇ ਜਿਹੜੇ ਨੇ ਉਹ ਸਿੱਟੀ ਜਾਈ ਜਾ ਰਹੇ ਨੇ। ਇਧਰਲੇ ਪਾਸੇ ਵੀ ਨਾ ਤੁਸੀਂ ਵੇਖ ਸਕਦੇ ਹੋ ਕਿ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਜਿਹੜੇ ਨੇ ਸਾਰੇ ਇੱਥੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਟੀਅਰ ਗੈਸ ਕੈਨ ਹੀ ਹੋਈ ਚੁੱਕੀ ਆ। ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਇੱਥੇ ਕਰੇ ਜਾ ਰਹੇ ਨੇ। ਇੱਕ ਵੀਰ ਮੇਰੇ ਨਾਲ ਹੈ ਬਾਈ, ਕਿੰਨੇ ਕੁ ਟਾਈਮ ਤੋਂ ਚੱਲੀ ਜਾ ਰਿਹਾ ਕੰਮ ਇਹ? ਬਾਈ ਸਵੇਰ ਦਾ ਹੀ ਚੱਲ ਰਿਹਾ। ਕਿੰਨੇ ਕੁ ਵਜੇ ਦਾ ਹੋ ਗਏ ਯਾਰ? 3-4 ਘੰਟੇ ਹੋ ਗਏ। 3-4 ਘੰਟੇ ਹੋ ਗਏ ਹੁਣ ਇੱਥੋਂ ਲੰਘਿਆ ਕੋਈ ਆਪਣਾ ਕਿ ਨਹੀਂ? ਬਾਈ ਪੂਰਾ ਜ਼ੋਰ ਸ਼ੋਰ ਨਾਲ ਚੱਲ ਰਿਹਾ ਪ੍ਰੋਸੈਸ, ਇਹ ਨਹੀਂ ਪਤਾ ਜਦ ਰੱਬ ਨੇ ਮਿਹਰ ਕਰਤੀ ਜਦੇ ਚੱਲ ਪਣਾ ਕੰਮ। ਕੋਈ ਮਨ ਦੇ ਵਿੱਚ ਜਿਵੇਂ ਹੁਣ ਆਸੂ ਗੈਸ ਦੇ ਗੋਲੇ ਸਿੱਟੀ ਜਾਂਦੇ ਨੇ? ਨਹੀਂ ਵੀਰੇ ਜਾਨ ਚਲੇ ਜਾਵੇ ਪਰ ਕੰਮ ਪੂਰਾ ਕਰਕੇ ਛੱਡਣਾ, ਕੋਈ ਚੱਕਰ ਨਹੀਂ ਆ। ਜੇ ਮੰਨ ਲਓ ਘਰੇ ਕੀ ਕਹਿ ਕੇ ਆਏ ਹੋ ਤੁਸੀਂ? ਘਰੇ ਮਰਨੇ ਵਾਸਤੇ ਕਹਿ ਕੇ ਆਏ ਆ ਵੀ ਤਿਆਰ ਆ ਅਸੀਂ, ਕੋਈ ਦਿੱਕਤ ਨਹੀਂ ਆ ਸਾਨੂੰ, ਕੋਈ ਦਿੱਕਤ ਨਹੀਂ ਨਾ, ਕੋਈ ਦਿੱਕਤ ਨਹੀਂ। ਤੁਸੀਂ ਆਹ ਵੇਖੋ ਜੀ, ਤੁਸੀਂ ਵੇਖ ਸਕਦੇ ਹੋ ਕਿ ਟੀਅਰ ਗੈਸ ਕੈਨ ਦਾ ਜਿਹੜਾ ਸੀਗਾ ਇੱਕ ਲਗਾਤਾਰ ਟੀਅਰ ਗੈਸ ਕੈਨ ਦੀ ਜਿਹੜੇ ਸੀਗੇ ਬੌਛਾਰ ਜਿਹੜੀ ਹੈ ਉਹ ਪੈਰਾਮਿਲਟਰੀ ਫੋਰਸਿਸ ਵੱਲੋਂ ਕੀਤੀ ਜਾ ਰਹੀ ਹੈ। ਤੁਹਾਨੂੰ ਤਸਵੀਰਾਂ ਮੈਂ ਬਿਲਕੁਲ ਨਜ਼ਦੀਕ ਤੋਂ ਦਿਖਾ ਰਿਹਾ ਕਿ ਤੁਸੀਂ ਵੇਖੋ ਦੋਸਤੋ ਕਿ ਜਿਹੜੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਿਲਕੁਲ ਥੱਲੇ ਬਿਲਕੁਲ ਥੱਲੜੇ ਵਾਲੇ ਪਾਸੇ ਇਸ ਟਾਈਮ ਸਾਡੀ ਟੀਮ ਖੜੀ ਹੈ, ਕੁਦਰਤ ਚੈਨਲ ਦੀ ਟੀਮ ਖੜੀ ਹੈ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਜਿਹੜੀਆਂ ਇਹ ਤਸਵੀਰਾਂ ਨੇ। ਅਤੇ ਇੱਥੋਂ ਮੈਂ ਪਿੱਛੇ ਤੁਹਾਨੂੰ ਦਿਖਾ ਦਿੰਦਾ ਕਿ ਪਿੱਛੇ ਖੇਤਾਂ ਦਾ ਤੁਹਾਨੂੰ ਮੈਂ ਦਿਖਾਉਣਾ ਕਿ ਖੇਤਾਂ ਦੇ ਵਿੱਚ ਲੋਕਾਂ ਦਾ ਇਕੱਠ, ਕਿਸਾਨਾਂ ਦਾ ਇਕੱਠ, ਕਿਸਾਨਾਂ ਨੂੰ ਸਪੋਰਟ ਕਰਨ ਵਾਲਿਆਂ ਦਾ ਇਕੱਠ ਇੰਨਾ ਕੁ ਜ਼ਿਆਦਾ ਹੈ ਕਿ ਸਿਰਫ ਉਹ ਇੰਤਜ਼ਾਰ ਕਰ ਰਹੇ ਨੇ ਕਿਸਾਨ ਆਗੂਆਂ ਦਾ ਕਿ ਜਦੋਂ ਹੱਲਾਸ਼ੇਰੀ ਦੇਣਗੇ ਤਾਂ ਇਹ ਬੈਰੀਗੇਟ ਚੱਕ ਕੇ ਪੱਟ ਕੇ ਪਰੇ ਕਰ ਦਾਂਗੇ। ਲਗਾਤਾਰ ਤੁਸੀਂ ਵੇਖੋ ਕਿ ਜਿਹੜੀਆਂ ਫੌਜਾਂ ਨੇ ਉਹ ਅੱਗੇ ਵੱਧਦੀਆਂ ਜਾ ਰਹੀਆਂ ਨੇ। ਟੀਅਰ ਗੈਸ ਕੈਨ ਇਹਨਾਂ ਨੂੰ ਕੋਈ ਕੁਛ ਨਹੀਂ ਕਹਿੰਦੀ। ਜੇ ਉੱਧਰੋਂ ਟੀਅਰ ਗੈਸ ਕੈਨ ਸਿੱਟੀ ਜਾ ਰਹੀ ਹੈ ਤਾਂ ਉਸ ਦੇ ਬਦਲੇ ਦੇ ਵਿੱਚ ਕਿਸਾਨ ਵੀ ਜਿਹੜੇ ਨੇ ਉਹ ਨਹੀਂ ਘੱਟ, ਉਹ ਵੀ ਉਸ ਚੀਜ਼ ਦਾ ਬਦਲਾ ਲੈ ਰਹੇ ਨੇ। ਤੁਸੀਂ ਵੇਖ ਸਕਦੇ ਹੋ ਸ਼ਾਂਤਮਈ ਪ੍ਰਦਰਸ਼ਨ ਸੀ ਪਰ ਸ਼ਾਂਤਮਈ ਪ੍ਰਦਰਸ਼ਨ ਨੂੰ ਸ਼ਾਂਤਮਈ ਰਹਿਣ ਹੀ ਨਹੀਂ ਦਿੱਤਾ ਜਾ ਰਿਹਾ।
ਤੁਸੀਂ ਵੇਖੋ ਪਿੱਛੇ ਪਿੱਛੇ ਦੇਖੋ ਜੀ, ਤੁਸੀਂ ਵੇਖੋ ਇਹ ਲਗਾਤਾਰ ਜਿਹੜੇ ਸੀਗੇ ਟੀਅਰ ਗੈਸ ਕੈਨ ਜਿਹੜੇ ਨੇ ਲਗਾਤਾਰ ਸੜਦੇ ਜਾ ਰਹੇ ਨੇ। ਇੱਕ ਇੱਧਰਲੇ ਪਾਸੇ ਤੁਸੀਂ ਵੇਖ ਸਕਦੇ ਹੋ, ਤੁਹਾਨੂੰ ਤਸਵੀਰਾਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਸ਼ਾਇਦ ਕਿਸੇ ਚੈਨਲ 'ਤੇ ਨਾ ਹੋਣ। ਤੁਹਾਨੂੰ ਦਿਖਾ ਰਹੇ ਜੀ ਤਸਵੀਰਾਂ, ਇਹ ਸਿੰਘੂ ਸਿੰਘੂ ਦੀ ਨੇ ਬਾਈ। ਕਿੰਨੇ ਕੁ ਟਾਈਮ ਤੋਂ ਖੜੇ ਹੋ ਤੁਸੀਂ ਇੱਥੇ ਯਾਰ ਸਾਰੇ ਜਣੇ? ਸਵੇਰ ਦੇ ਖੜੇ ਯਾਰ ਅਸੀਂ ਤਾਂ। ਕਿੰਨਾ ਟਾਈਮ ਹੋ ਗਿਆ? ਹੋਰ ਦੇਖ ਲਓ ਕਿੰਨਾ ਟਾਈਮ ਹੋ, ਤੁਸੀਂ ਸਵੇਰ ਦੇ ਵੀ ਆਹੀ ਕਰ ਰਹੇ ਆ? ਨਹੀਂ ਇੱਥੋਂ ਹੁਣ ਪਾਰ ਜਾਣ ਤੁਹਾਨੂੰ ਦਿੱਤਾ ਗਿਆ ਹਜੇ ਤੱਕ ਨਹੀਂ? ਹਲੇ ਕੁਛ ਨਹੀਂ ਕਰੇ ਹਲੇ, ਠੋਕੇ ਬਿਨਾਂ ਨੇ ਠੀਕ ਆ, ਆਰ ਸੀ ਸੀ ਬਣਾ ਕੇ ਠੋਕੇ ਹੋਏ, ਭੈਣ ਚੋਕੇ ਜਾ ਨਹੀਂ ਦੇ ਰਹੇ ਠੀਕ ਨਾ। ਕੋਈ ਚੱਕਰ ਨਹੀਂ ਬਾਈ, ਤਾਂ ਜਾਣਾ ਜੋ ਮਰਜ਼ੀ ਕੁ ਸੋਚ ਵੇ ਠੀਕ ਨਹੀਂ, ਜੋ ਮਰਜ਼ੀ ਭੈਣ ਚ ਦਵਾ ਲਵੇ, ਡਰਾਉਂਦਾ ਰਾਹ ਭੇਜ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਸਾਡੇ ਵੀ ਅੱਖਾਂ ਦੇ ਵਿੱਚ ਜਿਹੜੇ ਟੀਅਰ ਗੈਸ ਕੈਨ ਦਾ ਜਿਹੜਾ ਸੀਗਾ ਉਹ ਧੂੰਆਂ ਉਹ ਜਾ ਚੁੱਕਾ ਅਤੇ ਹੁਣ, ਪਰ ਫਿਰ ਵੀ ਤੁਹਾਨੂੰ ਜਿਹੜੀ ਤਸਵੀਰਾਂ ਮੈਂ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੇ ਲਗਾਤਾਰ ਹੁਣ ਜਿਹੜੇ ਸੀਗੇ ਟੀਅਰ ਗੈਸ ਕੈਨ ਸੀਗੇ ਉਹ ਸਿੱਟਣੇ ਸ਼ੁਰੂ ਕਰ ਦਿੱਤੇ ਗਏ ਨੇ। ਆ ਬਾਪੂ ਹੀ ਕਰ ਰਿਹਾ, ਬਾਪੂ ਆ ਜਿਹੜਾ ਹੁਣ ਤੁਹਾਡੇ 'ਤੇ ਵਿਚਾਰ ਕੀਤੀ ਜਾ ਰਹੀ ਹੈ ਇਹਦਾ ਹੌਸਲਾ ਘੱਟਦਾ? ਨਹੀਂ ਨਹੀਂ ਹੌਸਲਾ ਨਹੀਂ ਘੱਟਦਾ। ਜੇ ਮੰਨ ਲਾ ਇਹਨਾਂ ਨੇ 50-60 ਹੋਰ ਸਿੱਟਦੇ ਫਿਰ? ਉਹ ਯਾਰ ਜਿੰਨੇ ਮਰਜ਼ੀ ਚਾਹੇ 4 ਦਿਨ ਛੱਡੀ ਜਾ, ਕੋਈ ਚੱਕਰ ਨਹੀਂ। ਕਿਹੜੀ ਜਗ੍ਹਾ ਤੋਂ ਆਏ ਤੁਸੀਂ ਬਾਪੂ ਜੀ? ਬਨੂੜ ਦੇ ਨੇੜੇ ਪਿੰਡ ਹੈ ਧਰਮਗੜ੍ਹ। ਧਰਮਗੜ੍ਹ ਕਿੰਨੇ ਟਾਈਮ ਤੋਂ ਖੜੇ ਹੋ ਇੱਥੇ ਆ ਕੇ ਹੁਣ? 8:30 ਵਜੇ ਗਏ ਸਵੇਰੇ। 8:30 ਵਜੇ ਆਏ ਹੋ? 8:30 ਵਜੇ। ਬਾਪੂ ਉਮਰ ਕਿੰਨੀ ਹੋ ਗਈ ਤੁਹਾਡੀ? ਮੇਰੀ 65 ਹੋ ਗਈ ਜੀ। 65 ਸਾਲ ਦੀ ਉਮਰ ਬਾਪੂ ਤੁਹਾਡੀ ਜੀ? ਮੇਰੀ ਵੀ 65 ਸਾਲ ਹੈ। 65 ਸਾਲ ਹੈ। 58 ਮੈਂ ਜੰਮਿਆ ਵਾ। 58 ਦੇ ਜੰਮਾ 1958 ਹਾਂ। ਅਤੇ ਹੁਣ ਆਹ ਇਕੱਠ ਦੇਖ ਕੇ ਸਾਡੇ ਵਰਗੇ ਨੌਜਵਾਨਾਂ ਨੂੰ ਦੇਖ ਕੇ ਅਤੇ ਜਿਹੋ ਜਿਹਾ ਤਸ਼ੱਦਦ ਇਹ ਸਰਕਾਰ ਕਰ ਰਹੀ ਆ ਇਹਨੂੰ ਦੇਖ ਕੇ ਹੌਸਲਾ ਵੱਧਦਾ ਕਿ ਘੱਟਦਾ? ਨਹੀਂ ਵੱਧਦਾ ਜੀ, ਵੱਧਦਾ ਸਾਡਾ ਤਾਂ ਵੱਧ ਰਿਹਾ ਬਾਈ। ਹਾਂ ਮੈਂ ਥੋੜ੍ਹੀ ਹਾਰਨੇ ਵਾਲੇ ਹਾਂ। ਪਿੱਛੇ ਮੁੜਨ ਦਾ ਸੋਚਿਆ? ਨਹੀਂ ਨਹੀਂ। ਅੱਖਾਂ ਦਾ ਬਾਪੂ ਤੁਹਾਡਾ ਬਹੁਤ ਬੁਰਾ ਹਾਲ ਆ। ਹੋਰ ਯਾਰ, ਜੇ ਮੰਨ ਲਓ ਹੁਣ ਇੱਥੇ ਇਹਨਾਂ ਨੇ ਹੋਰ 50-60 ਸਿੱਟਦੇ ਫਿਰ ਕਿਆ ਹੋ ਗਿਆ? ਹਮੇ ਤਾਂ ਗੋਲੀ ਖਾਣੇ ਨੂੰ ਤਿਆਰ ਹਾਂ, ਹਮੇ ਤਾਂ ਗੋਲੀ ਮਾਰ ਦਿਓ ਜੇ। ਤੁਸੀਂ ਘਰੋਂ ਕੀ ਕਹਿ ਕੇ ਆਏ ਸੀ ਅੱਜ? ਮੈਂ ਕਿਹਾ ਬਈ ਆਪਣਾ ਕੰਮ ਸਾਂਭ ਲਿਓ। ਅੱਛਾ ਕਹਿਤਾ? ਹਾਂ ਆਪਣਾ ਕੰਮ ਸਾਂਭ ਲਿਓ ਬਈ, ਮਾਰੀ ਨਾ ਮੈਂ ਮੁੜਾ ਨਾ ਮੁੜਾ। ਹਾਂ ਮਾਰਾ ਕੋਈ ਮੁੜਨੇ ਘਰ ਜ਼ਿਆਦਾ ਹੈ ਹੀ ਨਹੀਂ। ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਤੁਹਾਨੂੰ ਤਸਵੀਰਾਂ ਮੈਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਜਗ੍ਹਾ 'ਤੇ ਉੱਪਰ ਸਾਰਾ ਜਿਹੜਾ ਆ ਸਾਡਾ ਜਿਹੜਾ ਨੈਸ਼ਨਲ ਮੀਡੀਆ ਆ, ਆਪਣੇ ਜਿਹੜੇ ਪੰਜਾਬੀ ਮੇਰੇ ਸਾਥੀ ਪੱਤਰਕਾਰ ਨੇ ਉਹ ਸਾਰੇ ਉੱਪਰ ਨੇ, ਪਰ ਅਸੀਂ ਕੋਸ਼ਿਸ਼ ਉਹ ਕਰਿਆ। ਅੱਛਾ ਆ ਬਾਪੂ ਆਹ ਟੀਅਰ ਗੈਸ ਕਹਿਣਾ ਹੈ ਨਾ? ਹਾਂਜੀ ਹਾਂ। ਤੁਸੀਂ ਹੱਥ ਚੱਕੀ ਫਿਰਦੇ ਹੋ? ਇਹ ਤਾਂ ਫੁਕਿਆ ਭਾਜੀ, ਵੈਸੇ ਹੀ ਚੱਕੇ ਮੈਂ। ਮੈਨੂੰ ਗੱਲ ਦੱਸੋ, ਇਹਨਾਂ ਨੇ ਤਾਂ ਪੂਰੇ ਕੰਕਰੀਟ ਭਰਤਾ, ਇਹਨਾਂ ਨੇ ਇੱਥੇ ਬੈਰੀਕੇਡ ਲਾਤੇ, ਇਹਨਾਂ ਨੇ ਕੰਡੇ ਵਾਲੀਆਂ ਤਾਰਾਂ ਵੀ ਲਾਤੀਆਂ, ਇਹਨਾਂ ਨੇ ਥੱਲੇ ਉਹ ਕੰਡੇ ਵੀ ਗੜਤੇ। ਹੌਸਲਾ ਫਿਰ ਘੱਟਦਾ ਕੇ ਵੱਧਦਾ? ਮੈਨੂੰ ਵੱਧਦਾ ਜੀ ਹੌਸਲਾ, ਪੂਰਾ ਵੱਧ ਰਿਹਾ, ਪੂਰਾ ਵੱਧ ਰਿਹਾ, ਪੂਰਾ ਵੱਧੇਗਾ। ਜੇ ਮੰਨ ਲਾ ਇੱਥੋਂ ਕੋਈ ਅਣਹੋਣੀ ਘਟਨਾ ਵੀ ਹੋ ਜਾਂਦੀ ਹੈ, ਜਿਵੇਂ ਹੁਣ ਸਾਰੇ ਤੁਸੀਂ ਥੱਲੇ ਖੇਤਾਂ ਦੇ ਵਿੱਚ ਇਕੱਠੇ ਹੋਏ ਹੋਏ ਹੋ, ਕਿਸਾਨ ਆਗੂਆਂ ਨੇ ਆਰਡਰ ਦਿੱਤਾ ਵੀ ਪੱਟ ਦੋ, ਫਿਰ ਪੱਟ ਦੋਗੇ? ਪੱਟ ਦੇਗੇ ਜੀ, ਪੱਟ ਦੇਗੇ, ਪੱਟ ਗਿਆ ਫਿਰ ਬਾਹਰ ਜਾਣਾ ਜੀ। ਅੱਜ ਪੱਟਣ ਵਾਸਤੇ ਆਏ? ਪੱਟਣ ਵਾਸਤੇ ਆਏ, ਉਹ ਪੱਟ ਰਹੇ ਬੰਦੇ ਮਾਰੇ। ਕਿਆ ਬਾਤ ਹੈ, ਤੁਹਾਨੂੰ ਮੈਂ ਹੋਰ ਅੱਗੇ ਲਿਜਾ ਕੇ ਕੋਸ਼ਿਸ਼ ਕਰਦਾ। ਉੱਪਰ ਡਰੋਨ ਦਿਖਾਓ, ਉੱਪਰਲੀ ਸਾਈਡ ਡਰੋਨ ਉੱਡ ਰਿਹਾ ਜਿਹੜਾ ਇਸ ਇਕੱਠ ਨੂੰ। ਹਾਂਜੀ ਪੁਲਿਸ ਵਾਲੇ ਪੱਥਰ ਮਾਰ ਰਹੇ ਨੇ। ਹਾਂਜੀ ਹਾਂ, ਤੁਸੀਂ ਵੇਖ ਸਕਦੇ ਹੋ ਕਿ ਇਹ ਸ਼ੰਭੂ ਬਾਰਡਰ ਜਿਹੜਾ ਆ ਉਹਦੀਆਂ ਥੱਲੇ ਦੀਆਂ ਤਸਵੀਰਾਂ ਨੇ ਪੁਲ ਦੇ। ਤੁਸੀਂ ਉਹ ਵੇਖੋ ਕਿ ਹੁਣ ਜਿਹੜੀ ਆ ਇਕੱਲੇ ਟੀਅਰ ਗੈਸ ਕੈਨ ਨਹੀਂ, ਉਸ ਤੋਂ ਇਲਾਵਾ ਜਿਹੜੇ ਨੇ ਪੱਥਰ ਵੀ ਨੇ ਉਹ ਸਿੱਟੇ ਜਾ ਰਹੇ ਨੇ। ਮੈਂ ਕਹੂੰਗਾ ਸਾਥੀ ਨੂੰ ਕਿ ਜ਼ੂਮ ਕਰਕੇ ਦਿਖਾਉਣ ਕਿ ਆਹ ਦੇਖੋ ਬੈਰੀਕੇਟਾਂ ਦੇ ਬਿਲਕੁਲ ਨਜ਼ਦੀਕ ਜਿਹੜੇ ਨੇ ਫੋਰਸਿਸ ਵੀ ਖੜੀਆਂ ਨੇ, ਉਹ ਇਸੇ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਨੇ। ਉਹ ਵੇਖੋ ਤੁਸੀਂ ਦੇਖ ਸਕਦੇ ਹੋ ਪਥਰਾਵ ਜਿਹੜਾ ਉੱਧਰੋਂ ਵੀ ਹੋ ਰਿਹਾ।
ਉਸ ਪਾਸੇ ਤੋਂ ਵੀ ਪੱਥਰਾ ਜਿਹੜਾ ਆ ਹੋ ਰਿਹਾ ਆ। ਤੁਸੀਂ ਵੇਖੋ ਪੱਥਰ ਸਿੱਟਿਆ ਗਿਆ, ਪੱਥਰ ਸਿੱਟਿਆ ਗਿਆ ਜੀ ਕਿਸਾਨਾਂ ਦੇ ਉੱਤੇ। ਇਕੱਲੇ ਟੀਅਰ ਗੈਸ ਕੈਨ ਨਹੀਂ, ਸਿਰਫ ਟੀਅਰ ਗੈਸ ਕੈਨ ਨਹੀਂ, ਇਸ ਤੋਂ ਇਲਾਵਾ ਵੀ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਨੇ ਕਿਸਾਨਾਂ ਦੇ ਉੱਤੇ ਲਗਾਤਾਰ ਸਿੱਟੀਆਂ ਜਾ ਰਹੀਆਂ ਨੇ, ਚਾਹੇ ਉਹ ਪੁਲ ਹੈ ਚਾਹੇ ਪੁਲ ਦੇ ਥੱਲੇ ਖੜ੍ਹੇ ਲੋਕ ਨੇ। ਇਹ ਬਾਈ ਆ ਗਿੱਲਾ ਕਰਿਆ ਹੋਇਆ ਕੱਪੜਾ ਗਿੱਲਾ ਕੀਤਾ, ਇਹ ਕਾਹਦੇ ਵਾਸਤੇ ਇਹ? ਇਹ ਬਾਈ ਆ ਜਿਹੜੇ ਅਥਰੂ ਗਏ ਤੇ ਗੋਲੇ ਨੇ ਉਹਨਾਂ ਨੂੰ ਭਜਾਉਣ ਵਾਸਤੇ। ਕੀ ਫਿਰ ਪੂਰਾ ਪ੍ਰਬੰਧ ਕਰਕੇ ਆਏ ਜਾਨੀ? ਪ੍ਰਬੰਧ ਤਾਂ ਬਾਈ ਪੂਰਾ ਜੀ, ਪਤਾ ਕਰ ਲਿਆ ਵੀ ਟੀਅਰ ਗੈਸ ਕਿਹਨੂੰ ਕਾਬੂ 'ਚ ਕਿਵੇਂ ਕਰਨਾ? ਬਿਲਕੁਲ ਜੀ ਬਿਲਕੁਲ, ਗੇੜੇ ਦਾ ਉੱਤੇ ਪਾਣੀ ਪਾ ਕੱਪੜਾ ਛੱਡ ਦਿੰਦੇ ਹੋ, ਢੱਕ ਦਿੰਦੇ ਹੋ ਆਪਦੇ ਧੂਏ ਨਾਲੇ, ਜਦ ਹਵਾ ਮਿਲਣ ਬੰਦ ਹੋ ਜਾਂਦੇ ਆ ਬੰਦ ਹੋ ਜਾਂਦੇ। ਯਾਨੀ ਜਿੰਨੇ ਮਰਜ਼ੀ ਸਿੱਟਣ ਕੋਈ ਪਰਵਾਹ ਨਹੀਂ? ਕੋਈ ਪਰਵਾਹ ਨਹੀਂ ਜੀ, ਕੋਈ ਚੱਕਰ ਨਹੀਂ। ਪੱਟਣਾ ਫਿਰ ਅੱਜ ਇਹ? ਹਾਂਜੀ ਹਾਂਜੀ 100% ਜੀ, ਪਿੱਛੇ ਮੁੜਨਾ ਤਾਂ ਸਿੰਘਾਂ ਦਾ ਧਰਮ ਹੀ ਨਹੀਂ ਜੀ। ਕੀ ਬਾਤ ਹੈ, ਕੀ ਬਾਤ ਹੈ, ਤੁਸੀਂ ਵੇਖ ਸਕਦੇ ਹੋ ਕਿ ਉਧਰੋਂ ਪਥਰਾਵ ਵੀ ਹੋ ਰਿਹਾ। ਮੈਂ ਤੁਹਾਨੂੰ ਤਸਵੀਰਾਂ ਵਿਖਾਈਆਂ ਸੀ ਨਾ ਕਿ ਅਸੀਂ ਇਸ ਟਾਈਮ ਨਾ ਪੁਲ ਦੇ ਥੱਲੇ ਖੜ੍ਹੇ ਹਾਂ, ਸ਼ੰਭੂ ਬਾਰਡਰ ਜਿਹੜਾ ਪੁਲ ਹੈ ਉਹਦੇ ਥੱਲੇ ਖੜ੍ਹੇ ਹਾਂ, ਅਤੇ ਥੱਲੇ ਵੀ ਦੇਖੋ ਪਥਰਾਵ ਸਿੱਟ ਰਹੇ ਨੇ, ਟੀਅਰ ਗੈਸ ਕੈਨ ਸਿੱਟੀ ਜਾ ਰਹੀ ਹੈ ਇਧਰਲੇ ਪਾਸੇ। ਤੁਸੀਂ ਖੇਤਾਂ ਤੁਸੀਂ ਹੌਸਲਾ ਵੇਖ ਸਕਦੇ ਹੋ ਕਿ ਸਿੰਘਾਂ ਦਾ ਹੌਸਲਾ ਵੇਖ ਸਕਦੇ ਹੋ ਇਹਨਾਂ ਲੋਕਾਂ ਦਾ, ਕਿ ਲਗਾਤਾਰ ਹੁਣ ਤੱਕ ਤਕਰੀਬਨ ਜੇ ਅੰਦਾਜ਼ਾ ਹੋਵੇ ਤਾਂ ਬਹੁਤ ਸਾਰੇ ਜਿਹੜੇ ਨੇ ਟੀਅਰ ਗੈਸ ਕੈਨ ਲਗਾਤਾਰ ਸਾਡੇ ਹੁੰਦੇ ਹੁੰਦੇ, ਸਾਡੀ ਟੀਮ ਪਹੁੰਚੀ ਹੈ ਉਸ ਤੋਂ, ਉਸਦੇ ਹੁੰਦੇ ਹੁੰਦੇ ਹੀ 40-50 ਟੀਅਰ ਗੈਸ ਕੈਨ ਤਾਂ ਹੁਣ ਤੱਕ ਸਿੱਟ ਚੁੱਕੇ ਨੇ ਸਿਰਫ ਇੰਨੀ ਕੁ ਜਗ੍ਹਾ ਦੇ ਵਿੱਚ। ਸਿਆਣੀ 10-15 ਮਿੰਟ ਦੇ ਵਿੱਚ 40-50 ਸਿੱਟੇ ਗਏ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਵੇਰ ਤੋਂ ਇੱਥੇ ਦਾ ਕੀ ਹਾਲ ਹੁੰਦਾ ਹੋਊਗਾ। ਤਾਂ ਜਿੰਨੇ ਕੁ ਲੋਕ ਇੱਥੇ ਖੜ੍ਹੇ ਨੇ, ਕੋਸ਼ਿਸ਼ ਉੱਪਰ ਪੁਲ 'ਤੇ ਚੱਲ ਰਹੀ ਹੈ ਕਿ ਲਗਾਤਾਰ ਉਸ ਬੈਰੀਗੇਟਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਇਹਨਾਂ ਲੋਕਾਂ ਦਾ ਹੌਸਲਾ ਵੇਖੋ ਵੀ ਤੁਸੀਂ ਕਿਸ ਤਰੀਕੇ ਨਾਲ, ਘੱਟ ਨਹੀਂ ਰਿਹਾ ਵੱਧਦਾ ਹੀ ਜਾ ਰਿਹਾ। ਜਿੰਨਾ ਜੋ ਜਲਾਲ ਇਹਨਾਂ ਦੀ ਅੱਖਾਂ ਦੇ ਵਿੱਚ ਹੈ, ਮੈਨੂੰ ਲੱਗਦਾ ਸਰਕਾਰ ਨੂੰ ਵੀ ਸੋਚਣਾ ਪਊਗਾ। ਕਿੰਨਾ ਵਗੇ ਜੀ? 10,000। ਤੁਸੀਂ ਕਿੰਨੇ ਵਜੇ ਦੇ ਆਏ ਹੋ ਇੱਥੇ ਬਾਈ? ਅਸੀਂ 9 ਵਜੇ ਦੇ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਸਰ ਬਨੋੜ ਤੋਂ। ਤੁਸੀਂ ਵੇਖੋ ਜੀ ਉੱਪਰ, ਉੱਪਰ ਦੀਆਂ ਤਸਵੀਰਾਂ ਦਿਖਾਤੀਆਂ। ਲਗਾਤਾਰ ਤਸਵੀਰਾਂ ਉਹ ਵੇਖ ਰਹੇ ਹੋ, ਸ਼ਾਇਦ ਇੰਨੀ ਨਜ਼ਦੀਕ ਨਾ ਤੁਹਾਨੂੰ ਕੋਈ ਨਾ ਦਿਖਾਵੇ। ਮੈਂ ਥੱਲੇ ਖੜ੍ਹਾ ਇਸ ਟਾਈਮ ਪੁਲ ਦੇ, ਮੈਂ ਅਤੇ ਮੇਰੀ ਟੀਮ ਦੇ ਮੇਰੇ ਸਾਥੀ, ਕੁਛ ਇੱਥੇ ਹੋਰ ਵੀ ਬੜੇ ਨੌਜਵਾਨ ਜਿਹੜੇ ਨੇ ਇੱਥੇ ਖੜ੍ਹੇ ਨੇ। ਲਗਾਤਾਰ ਟੀਅਰ ਗੈਸ ਕੈਨ, ਲਗਾਤਾਰ ਪਥਰਾਵ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ। ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ, ਤੁਸੀਂ ਸੁਣ ਸਕਦੇ ਹੋ ਕਿ ਇੱਥੇ ਟੀਅਰ ਗੈਸ ਕੈਨ ਦਾ ਜਿਹੜਾ ਆ ਬੁਛਾਰ ਕਿੰਨੀ ਕੁ ਜ਼ਿਆਦਾ ਆ। ਬਾਈ ਸੁਬਾਹ ਦੇ ਆਇਓ, ਇਹਨੇ ਸਾਡੀ ਵੀ ਅੱਖਾਂ ਦੇ ਵਿੱਚ, ਮੂੰਹ ਦੇ ਵਿੱਚ ਹੁਣ ਟੀਅਰ ਗੈਸ ਕੈਨ ਦੇ ਜ਼ਿਆਦਾ ਅੱਥਰੂ ਜਾ ਰਹੇ ਨੇ, ਤਾਂ ਲਗਾਤਾਰ ਧੂੰਆਂ ਜਾ ਰਿਹਾ, ਤਾਂ ਅੱਥਰੂ ਇਹਦੇ ਡਿੱਗ ਰਹੇ ਨੇ, ਪਿੱਛੇ ਡਿੱਗਿਆ। ਤੁਸੀਂ ਉਹ ਦੇਖੋ ਉਸ ਤਰੀਕੇ, ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਕਾਬੂ ਕਰ ਰਹੇ ਨੇ। ਉਹ ਬਲਾਸਟ ਵੀ ਸਿੱਟ ਰਹੇ ਨੇ, ਬਲਾਸਟ ਹੁੰਦਾ ਇੱਕ, ਬਲਾਸਟ ਸਿੱਟ ਰਹੇ ਨੇ।